ਸਵਾਗਤ ਹੈ ਜੀ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਜੋਬ ਨਿਊਜ਼ ਅੱਡਾ ਵਿੱਚ। ਦੋਸਤੋ, PSPCL ਨੇ ਦੇਰ ਰਾਤ ਬਹੁਤ ਹੀ ਵੱਡਾ ਅਪਡੇਟ ਜਾਰੀ ਕਰ ਦਿੱਤਾ ਹੈ ਅਤੇ ਇਹ ਅਪਡੇਟ ਜਾਰੀ ਕੀਤਾ ਗਿਆ ਦੋਸਤੋ PSPCL ਲਾਈਨਮੈਨ ਭਰਤੀ ਨੂੰ ਲੈ ਕੇ। ਸਾਰੇ ਕੈਂਡੀਡੇਟ ਜਾਣਦੇ ਦੋਸਤੋ PSPCL ਲਾਈਨਮੈਨ ਦੇ ਵਿੱਚ ਕੋਈ ਵੀ ਐਗਜ਼ਾਮ ਵਗੈਰਾ ਨਹੀਂ ਹੁੰਦਾ, ਸਿੱਧੀ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਹੋਏਗੀ। ਸੋ ਇਹਨਾਂ ਨੇ ਜਿਹੜੇ ਜਿਹੜੇ ਡਾਕੂਮੈਂਟ ਦੀ ਜ਼ਰੂਰਤ ਹੈ ਸਾਰਿਆਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਤੁਸੀਂ ਆਪਣੀ ਕੈਟੇਗਰੀ ਵਾਈਜ਼ ਆਪਣਾ ਡਾਕੂਮੈਂਟ ਜਿਹੜਾ ਹੈ ਚੈੱਕ ਕਰ ਸਕਦੇ ਹੋ। ਇੱਥੇ ਦੋਸਤੋ ਇਹਨਾਂ ਨੇ ਲੜੀ ਨੰਬਰ ਲਾ ਕੇ ਸਾਰੀ ਕੈਟੇਗਰੀ ਦਿੱਤੀ ਹੋਈ ਹੈ। ਤਕਰੀਬਨ ਇਸ ਪੋਸਟ ਨੂੰ ਦੋਸਤੋ ਇਹਨਾਂ ਨੇ 18 ਕੈਟੇਗਰੀਆਂ ਦੇ ਵਿੱਚ ਡਿਵਾਈਡ ਕੀਤਾ ਹੈ। ਇਸ ਤੋਂ ਬਾਅਦ ਦੋਸਤੋ ਇੱਥੇ ਜਿਹੜਾ ਹੈ ਉੱਤੇ ਇਹਨਾਂ ਨੇ ਡਾਕੂਮੈਂਟ ਬਾਰੇ ਦੱਸਿਆ ਹੋਇਆ। ਇੱਥੇ ਪਹਿਲਾ ਜਿਹੜਾ ਡਾਕੂਮੈਂਟ ਹੈ ਦੋਸਤੋ ਉਹ 10ਵੀਂ ਪਾਸ ਦਾ ਹੈ। ਨੈਕਸਟ ਜਿਹੜਾ ਡਾਕੂਮੈਂਟ ਹੈ ਦੋਸਤੋ ਅਪ੍ਰੈਂਟਿਸਸ਼ਿਪ ਮਾਰਕਸ਼ੀਟ ਅਤੇ ਉਸ ਤੋਂ ਬਾਅਦ ਅਪ੍ਰੈਂਟਿਸਸ਼ਿਪ ਪਾਸ ਸਰਟੀਫਿਕੇਟ। ਇਹ ਤਿੰਨ ਜਿਹੜੇ ਡਾਕੂਮੈਂਟ ਹੈ ਦੋਸਤੋ ਸਾਰੀ ਕੈਟੇਗਰੀਆਂ ਵਾਸਤੇ ਕੰਪਲਸਰੀ ਹੈ, ਕਿਸੇ ਨੂੰ ਕੋਈ ਛੂਟ ਨਹੀਂ ਹੋਏਗੀ। ਉਸ ਤੋਂ ਬਾਅਦ ਦੋਸਤੋ ਆ ਜਾਂਦੀ ਹੈ ਤਜਰਬੇ ਦੀ ਗੱਲ। ਜਿਨ੍ਹਾਂ ਕੈਂਡੀਡੇਟਾਂ ਕੋਲ ਤਜਰਬੇ ਦਾ ਸਰਟੀਫਿਕੇਟ ਹੈ ਉਹ ਆਪਣੇ ਨਾਲ ਜ਼ਰੂਰ ਲੈ ਕੇ ਜਾਇਓ, ਅਤੇ ਜਿਨ੍ਹਾਂ ਕੋਲ ਨਹੀਂ ਹੈ ਉਹ ਰਹਿਣ ਦਿਓ ਬਾਈ, ਕੋਈ ਕੰਪਲਸਰੀ ਸ਼ਰਤ ਇੱਥੇ ਲੱਗੀ ਨਹੀਂ ਹੋਈ, ਠੀਕ ਹੈ। ਅਤੇ 4 ਜਿਹੜੇ ਡਾਕੂਮੈਂਟ ਹੈ ਦੋਸਤੋ ਉਹ ਤਾਂ ਨਿਪਟ ਗਏ। ਉਸ ਤੋਂ ਬਾਅਦ ਤੁਸੀਂ ਧਿਆਨ ਨਾਲ ਦੇਖ ਲੈਣਾ, ਤੁਹਾਡੀ ਕੈਟੇਗਰੀ ਚੂਜ਼ ਕਰਨ ਤੋਂ ਬਾਅਦ ਜਿੱਥੇ ਵੀ ਸਹੀ ਦਾ ਟਿੱਕ ਲੱਗਿਆ ਹੋਇਆ, ਯਾਨੀ ਕਿ ਇੱਦਾਂ ਦਾ ਟਿੱਕ ਲੱਗਿਆ ਹੋਇਆ, ਉਹ ਡਾਕੂਮੈਂਟ ਤੁਹਾਡੇ ਵਾਸਤੇ ਕੰਪਲਸਰੀ ਹੈ। ਇੱਥੇ ਦੋਸਤੋ ਮੈਂ ਗੱਲ ਕਰਾਂ ਜਨਰਲ ਕੈਟੇਗਰੀ, ਇਹ ਤਿੰਨ ਜਿਹੜੇ ਡਾਕੂਮੈਂਟ ਹੈ ਦੋਸਤੋ ਸਾਰੇ ਕੈਂਡੀਡੇਟਾਂ ਵਾਸਤੇ ਕੰਪਲਸਰੀ ਹੈ, ਕੋਈ ਛੂਟ ਨਹੀਂ ਹੈ ਕਿਸੇ ਨੂੰ। ਉਸ ਤੋਂ ਬਾਅਦ ਜਨਰਲ ਕੈਂਡੀਡੇਟ ਨੂੰ ਸਿਰਫ ਇੱਕ ਡਾਕੂਮੈਂਟ ਜਿਹੜਾ ਹੋਰ ਚਾਹੀਦਾ ਹੈ, ਉਹ ਹੁੰਦਾ ਹੈ ਜੀ ਪਛਾਣ ਸਰਟੀਫਿਕੇਟ, ਠੀਕ ਹੈ। ਆਧਾਰ ਕਾਰਡ, ਵੋਟਰ ਕਾਰਡ ਜੋ ਵੀ ਹੋਏ ਉਹਨਾਂ ਕੋਲ ਹੋਣਾ ਜ਼ਰੂਰੀ ਹੈ। ਸਿਰਫ ਜਨਰਲ ਕੈਟੇਗਰੀ ਨੂੰ 4 ਹੀ ਡਾਕੂਮੈਂਟ ਚਾਹੀਦੇ ਹੈ, ਬਾਕੀ ਤੁਸੀਂ ਇਸੇ ਤਰੀਕੇ ਨਾਲ ਚੈੱਕ ਕਰ ਸਕਦੇ ਹੋ। ਜਿਹੜੇ ਡਾਕੂਮੈਂਟ ਅੱਗੇ ਟਿੱਕ ਦਾ ਜਿਵੇਂ ਨਿਸ਼ਾਨ ਲੱਗਿਆ ਹੋਇਆ ਉਹ ਉਸ ਕੈਟੇਗਰੀ ਦਾ ਕੰਪਲਸਰੀ ਡਾਕੂਮੈਂਟ ਹੈ ਅਤੇ ਉਹ ਲੈ ਕੇ ਜਾਣਾ ਜ਼ਰੂਰੀ ਹੈ, ਨਹੀਂ ਤਾਂ ਤੁਸੀਂ ਰਿਜੈਕਟ ਹੋ ਸਕਦੇ ਹੋ। ਇਸ ਤੋਂ ਬਾਅਦ ਦੋਸਤੋ ਇਹਨਾਂ ਨੇ ਕੁਛ ਜਿਹੜਾ ਹੈ ਐਫੀਡੇਵਿਟ ਵੀ ਜਾਰੀ ਕੀਤੇ ਹੈ। ਸੋ ਤੁਸੀਂ ਆਪਣੇ ਕੈਟੇਗਰੀ ਹਿਸਾਬ ਨਾਲ, ਆਰਕਸ਼ਣ ਦੇ ਹਿਸਾਬ ਨਾਲ ਤੁਸੀਂ ਜਿਹੜਾ ਹੈ ਇਹਨਾਂ ਦਾ ਯੂਜ਼ ਕਰ ਸਕਦੇ ਹੋ। ਦੋਸਤੋ ਇਹ ਸੀ ਅੱਜ ਦੀ ਲੇਟੈਸਟ ਅਪਡੇਟ। ਮਿਲਾਂਗੇ ਨੈਕਸਟ ਵੀਡੀਓ ਵਿੱਚ ਨਈਂ ਅਪਡੇਟ ਲੈ ਕੇ। ਉਦੋਂ ਤੱਕ ਦੇ ਲਈ ਰੱਬ ਰਾਖਾ।